ਮੈਡਮ ਕੀ ਨਾਮ ਆ ਆਪਣਾ? ਅੱਜ ਤੁਹਾਡੇ ਕਾਲ ਦੇ ਵਿੱਚ ਬੂਟੇ ਲਗਾਏ ਗਏ ਨੇ, ਕਿਹੜੀ ਸੰਸਥਾ ਵੱਲੋਂ ਲਗਾਏ ਗਏ, ਕੀ ਕਹਿਣਾ ਚਾਹੋਗੇ? ਇਹ ਸਾਡੇ ਬਠਿੰਡਾ ਦਿਹਾਤੀ ਪ੍ਰੈਸ ਕਲੱਬ ਵੱਲੋਂ ਲਗਾਏ ਜਾ ਰਹੇ ਨੇ ਜੀ। ਅਤੇ ਪਹਿਲਾਂ ਵੀ ਅਸੀਂ ਕਾਲਜ ਵਿੱਚ ਕਾਫੀ ਪੌਦੇ ਲਗਾਏ ਨੇ, ਪਰ ਅੱਜ ਉਹਨਾਂ ਵੱਲੋਂ ਪ੍ਰੈਸ ਵਾਲਿਆਂ ਵੱਲੋਂ ਵੀ ਪੌਦੇ ਸਾਡੇ ਕਾਲਜ 'ਚ ਕਾਫੀ ਲਗਾਏ ਗਏ ਨੇ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਾਂ ਕਿ ਸਾਰੇ ਪਾਸੇ ਜਿਹੜਾ ਰੈਵਨਿਊ ਗ੍ਰੀਨ ਹੋ ਜਾਵੇ। ਬੈਲਟ ਪ੍ਰਸ਼ਾਸਨ ਵੱਲੋਂ ਵੀ ਆਪਾਂ ਨੂੰ ਹੁਕਮ ਹੈ ਸਾਰਿਆਂ ਨੂੰ, ਅਤੇ ਅਸੀਂ ਸੋਚਦੇ ਹਾਂ ਵੀ ਵੱਧ ਤੋਂ ਵੱਧ ਸਾਡੇ ਕਾਲਜ 'ਚ ਪੌਦੇ ਲਗਾਏ ਜਾਣ। ਹੋਰ ਕੋਈ ਮੈਸੇਜ ਦੇਣਾ ਚਾਹੋਗੇ ਆਮ ਜਨਤਾ ਨੂੰ? ਅਸੀਂ ਸਾਰੇ ਬੱਚਿਆਂ ਨੂੰ ਵੀ ਪ੍ਰੇਰਨਾ ਦਿੰਦੇ ਰਹਿੰਦੇ ਹਾਂ, ਸਮਾਜ ਨੂੰ ਵੀ ਜੇ ਪੌਦੇ ਹੋਣਗੇ ਤਾਂ ਹੀ ਸਾਡੀ ਜ਼ਿੰਦਗੀ ਲੰਬੀ ਹੋ ਸਕੂਗੀ। ਇਸ ਕਰਕੇ ਸਾਰੇ ਵੱਧ ਤੋਂ ਵੱਧ ਪੌਦੇ ਲਗਾਓ, ਆਪਣੇ ਬਰਥਡੇ 'ਤੇ, ਐਨਵਰਸਰੀ 'ਤੇ ਜਾਂ ਚੰਗੇ ਮਾਹੌਲ ਦੇ ਵਿੱਚ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਉੱਥੇ ਪੌਦੇ ਲਗਾਓ। ਹਾਂਜੀ ਸਰ, ਆਪਣਾ ਕੀ ਨਾਮ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਜਸਕਰਨ ਸਿੰਘ ਸੀਵੀ ਹਾਂ, ਸਰਪ੍ਰਸ ਪ੍ਰੈਸ ਕਲੱਬ ਦਿਹਾਤੀ ਬਠਿੰਡਾ, ਜਿਨ੍ਹਾਂ ਨੇ ਆਪਦਾ ਬਹੁਤ ਇਰਜ਼ੇਮ ਹੈ ਜੋ ਕੱਢ ਕੇ ਆਏ ਸਾਲ ਦੀ ਤਰ੍ਹਾਂ ਜਿਹੜੀ ਮਾਨਵਤਾ ਦੀ ਸੇਵਾ ਕਰ ਰਹੇ ਆ, ਇਹਨਾਂ ਦਾ ਕੋਈ ਸਾਨੀ ਨਹੀਂ, ਇਵੇਂ ਮਾਨਵਤਾ ਦੀ ਸੇਵਾ ਹੋਣੀ ਚਾਹੀਦੀ। ਅੱਜ ਅਸੀਂ ਪ੍ਰਿੰਸੀਪਲ ਬੀਬਾ ਰਾਜਵਿੰਦਰ ਕੌਰ ਜੀ ਦੇ ਸਹਿਯੋਗ ਦੇ ਨਾਲ ਇਸ ਕਾਲਜ ਦੇ ਵਿੱਚ ਬੂਟੇ ਲਾਏ ਆ। ਸੋ ਉਮੀਦ ਕਰਦੇ ਹਾਂ ਵੀ ਵਾਤਾਵਰਨ ਜਿਹੜਾ ਸਾਫ਼ ਹੋਵੇ ਅਤੇ ਜਿਹੜਾ ਖਲਾਅ ਜਿਹੜਾ ਵਾਤਾਵਰਨ ਪ੍ਰਤੀ ਪੈਦਾ ਹੋਇਆ ਉਹ ਦੂਰ ਹੋਵੇ ਜੀ। ਹਾਂਜੀ ਸਰ, ਕੀ ਨਾਮ ਆ ਆਪਣਾ, ਅੱਜ ਕੀ ਪ੍ਰੋਗਰਾਮ ਰੱਖਿਆ ਤੁਸੀਂ ਇੱਥੇ? ਮੈਂ ਡਾਕਟਰ ਗੁਰਜੀਤ ਚੌਹਾਨ ਜੀ, ਪ੍ਰੈਸ ਕਲੱਬ ਦਿਹਾਤੀ ਬਠਿੰਡਾ ਪ੍ਰੈਜੀਡੈਂਟ। ਸੋ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਮਹੀਨੇ ਦੇ ਵਿੱਚ ਸਾਉਣ ਦੇ ਮਹੀਨੇ 'ਚ ਅਸੀਂ ਪੇੜ ਪੌਦੇ, ਫੁੱਲਦਾਰ ਫਲਦਾਰ ਪੌਦੇ ਲਾਉਣੇ ਆ, ਅਸੀਂ ਸਾਂਝੀਆਂ ਥਾਵਾਂ 'ਤੇ ਆਉਣੇ ਆ, ਸਕੂਲ ਕਾਲਜ ਹੋ ਗਏ, ਗੁਰਦੁਆਰ ਹੋ ਗਏ, ਸ਼ਮਸ਼ਾਨ ਘਾਟ ਹੋ ਗਏ, ਜਾਂ ਪਿੰਡ ਦਾ ਕੋਈ ਜੀ ਸਾਂਝਾ ਥਾਂ ਧਰਮਸ਼ਾਲਾ ਹੋ ਗਈ। ਅਸੀਂ ਹਰ ਸਾਲ ਲੰਮੇ ਸਮੇਂ 'ਤੇ ਅਰਸੇ ਤੋਂ ਇਹ ਸੇਵਾ ਕਰਦੇ ਰਹੇ ਹਾਂ। ਇਹਨਾਂ ਦੇ ਨਾਲ ਨਾਲ ਪੌਦਿਆਂ ਦੇ ਨਾਲ ਨਾਲ ਹੀ ਅਸੀਂ ਮੈਡੀਕਲ ਕੈਂਪ ਲਾਉਣੇ ਆ, ਫਰੀ ਅੱਖਾਂ ਦਾ ਕੈਂਪ ਲਾਤਾ, ਹੱਡੀਆਂ ਵਾਰ ਲਾਤਾ। ਸੋ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਵਧੀਆ ਰਿਸਪੋਂਸ ਮਿਲਦਾ। ਪੌਦੇ ਅਸੀਂ ਇਸ ਕਾਰਨ ਲਾ ਰਹੇ ਹਾਂ ਕਿ ਜੋ ਆਉਣ ਵਾਲਾ ਭਵਿੱਖ ਹੈ, ਆਕਸੀਜਨ ਦੀ ਬਹੁਤ ਲੋੜ ਪੈ ਰਹੀ ਹੈ। ਇੱਦਾਂ 60 ਸਾਲ ਦੀ ਉਮਰ ਹੋ ਗਈ ਸੀ, ਇੱਥੇ ਆਕਸੀਜਨ ਦੀ ਮਰੀਜ਼ ਦੀ ਵੇਖੀ ਵਿੱਚ ਘੱਟ ਗਈ ਹੈ। ਸਿਰਫ ਕਾਰਨ ਹੈ ਪੌਦੇ ਨਾ ਹੋਣ ਕਾਰਨ, ਕਟਾਈ ਬਹੁਤ ਹੋ ਰਹੀ ਹੈ ਪੌਦਿਆਂ ਦੀ, ਸੋ ਇਸ ਕਰਕੇ ਵਾਤਾਵਰਨ ਬਹੁਤ ਅਸ਼ੁੱਧ ਹੋ ਰਿਹਾ ਹੈ। ਸੋ ਸਾਡੀ ਸਾਰੇ ਹੀ ਇਲਾਕੇ ਨੂੰ ਪੁਰਜ਼ੋਰ ਅਪੀਲ ਹੈ ਕਿ ਇੱਕ ਇੱਕ ਰੁੱਖ ਹਰ ਘਰ ਬੂਹੇ ਅੱਗੇ ਲਾਉਣਾ ਚਾਹੀਦਾ, ਉਹਦੀ ਦੇਖ ਰੇਖ ਕਰਨੀ ਚਾਹੀਦੀ ਹੈ, ਉਹਨੂੰ ਬੜਾ ਕਰਨਾ ਚਾਹੀਦਾ, ਤਾਂ ਜੋ ਕਿ ਆਉਣ ਵਾਲੀ ਜੋ ਜਨਰੇਸ਼ਨ ਆਪਣੀ ਪੀੜ੍ਹੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਦੂਸ਼ਣ ਦੀ ਦਿੱਕਤ ਨਾ ਆਵੇ। ਅੱਜ ਤੁਸੀਂ ਕਿੱਥੇ ਪੁੱਜ ਲਾਏ? ਅਸੀਂ ਅੱਜ ਗੋਨਿਆਣਾ ਮੰਡੀ ਕਾਲਜ ਹੈ, ਗੱਲ ਭਾਈ ਆਸਾ ਸਿੰਘ ਗੱਲ ਕਾਲਜ ਦੇ ਵਿੱਚ ਪੌਦੇ ਲਾਏ ਆ। ਸਾਨੂੰ ਸੇਵਾ ਦਾ ਮੌਕਾ ਮਿਲਿਆ, ਅਸੀਂ ਕਲੱਬ ਕੰਨਿਓ ਕਲੱਬ ਦੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਅਤੇ ਹੋਰ ਉੱਥੋਂ ਦੇ ਟੀਚਰਾਂ ਦੇ ਸਹਿਯੋਗ ਨਾਲ ਅੱਜ ਕਾਫੀ ਪੌਦੇ ਲਾਏ ਆ, ਫਲਦਾਰ ਫੁੱਲਦਾਰ। ਸੋ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਸਾਡਾ ਕਲੱਬ ਦਿਨ ਦੁਨੀ ਰਾਤ ਚੱਲੇ, ਤਰੱਕੀ ਵਸੇ ਬਖਸੇ। ਇਹੀ ਅਸੀਂ ਮਤਲਬ ਸੇਵਾ ਕਰਦੇ ਰਹੀਏ ਪੌਦੇ ਪੇੜਾਂ ਦੀ, ਅਤੇ ਜਾਂ ਕਿ ਵਾਤਾਵਰਨ ਨੂੰ ਸ਼ੁੱਧ ਰੱਖਦੇ ਰਹੀਏ। Thank you.